ਮਾਮਾ ਲੈ ਲਿਆ ਟਰੱਕ ਤੁਹਾਡੇ ਜਮਾਈ ਨੇ ਬਾਬਿਆਂ ਦੇ ਚੱਲ ਚੱਲੀਏ ਸਾਰੇ ਕਹਿੰਦੇ ਆ ਕਹਿੰਦੇ ਕੰਸਟਰਕਸ਼ਨ ਵਰਕਰ ਖੜੇ ਹੀ ਰਹਿੰਦੇ ਨੇ ਅੱਜ ਪਹਿਲੀ ਵਾਰੀ ਇੱਕ ਦੇ ਉਹਨੇ ਬਾਕੀ ਤਾਂ ਖੜੇ ਹੀ ਨੇ ਇੱਕ ਕੰਮ ਕਰਦਾ ਸੀਗਾ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਵੀ ਨੇ ਦੁਬਾਰਾ ਟਰੱਕ ਚਲਾਉਣਾ ਸ਼ੁਰੂ ਕਰਤਾ ਰਵੀ ਕਹਿੰਦਾ ਪਹਿਲੇ ਗੇੜ ਦੇ ਤੈਨੂੰ ਨਾਲ ਲੈ ਕੇ ਆਉਣਾ ਰਵੀ ਕਿੱਥੇ ਚੱਲੇ ਆਪਾਂ ਚੱਲੇ ਹਾਂ ਜੀ ਲਰੀਡੋ ਟੈਕਸਸ ਅਮਰੀਕਾ ਦੇ ਵਿੱਚ ਅਮਰੀਕਾ ਦਾ ਗੇੜਾ ਲਾ ਰਹੇ ਹਾਂ ਆਪਾਂ ਤੇ ਟਰੱਕ ਮੈਨੂੰ ਛੋਟਾ ਲੱਗ ਰਿਹਾ ਰਵੀ ਜਿਹੜਾ ਪਹਿਲਾਂ ਪੁਰਾਣਾ ਆਉਂਦਾ ਸੀ ਉਹ 53 ਫੁੱਟ ਦੀ ਕਿੰਨੇ ਉਹ ਸੀਗਾ ਹਾਂ ਵੱਡਾ ਟਰੱਕ ਐਂਡ ਟ੍ਰੇਲਰ ਵਾਲਾ ਅੱਛਾ ਇਹ ਹੈਗਾ ਛੋਟਾ ਟਰੱਕ ਇਹ ਸਿਰਫ 10 ਫੁੱਟ ਲੰਬਾ ਹੀ ਆ ਇਹਦੇ ਸੱਚੀਆਂ ਨੇ ਸਮਝਿਆ ਵੀ ਅਮਰੀਕਾ ਦਾ ਗੇੜਾ ਲਾ ਰਹੇ ਹਾਂ ਆਪਾਂ ਜੀ ਯੂ ਹਾਲ ਤੋਂ ਟਰੱਕ ਚੱਕਿਆ ਵਾ ਅਤੇ ਇਹ ਟਰੱਕ ਛੋਟਾ ਹੀ ਹੈ ਕਿਉਂਕਿ ਰਵੀ ਹੁਣ ਕੋਲ ਸਮਾਨ ਘੱਟ ਆ ਅੱਜ ਰਵੀ ਉਹਨਾਂ ਦੀ ਮੂਵਿੰਗ ਕਰ ਰਹੇ ਹਾਂ ਆਪਾਂ ਤੁਹਾਨੂੰ ਪਤਾ ਲੱਗ ਜਾਣਾ ਵਲੌਗ ਦੇ ਵਿੱਚ ਵੀ ਮੂਵਿੰਗ ਕਿੱਥੇ ਕਰ ਰਹੇ ਹਾਂ ਕਈ ਵਰਸ਼ੋ ਕੇ ਬਾਅਦ ਆਜ ਸਿੱਧਾ ਹਾਈਵੇ ਪੇ ਟਰੱਕ ਚੜਾ ਦਿਆ ਹੈ ਸਰਦਾਰ ਜੀ ਨੇ ਸਰਦਾਰ ਜੀ ਰਸਤੇ ਮੇਂ ਢਾਬੇ ਪੇ ਰੋਕੋਗੇ ਕਿਆ ਯੂ ਹਾਲ ਵਾਲੀ ਹਾਂ ਉਹ ਜਦੋਂ ਟਰੱਕ ਜਾਂ ਦਿੰਦੇ ਹੁੰਦੇ ਨੇ ਉਹ ਫਿਰ ਲਾਇਸੈਂਸ ਦੇ ਕੇ ਉਹਨਾਂ ਨੂੰ ਕੰਫੀਡੈਂਸ ਆ ਜਾਂਦਾ ਵਾ ਇਹ ਬੰਦੇ ਕੋਲ ਏਜੰਟ ਲਾਇਸੈਂਸ ਆ ਜਾ ਕਿਹੜਾ ਲਾਇਸੈਂਸ ਆ ਵੀ ਇਹ ਵੱਡਾ ਵਹੀਕਲ ਇਹਦਾ ਮਤਲਬ ਚਲਾ ਆ ਤਾਂ ਤੇਰੀ ਅਸੰਪਸ਼ਨ ਹੀ ਆ ਕਈ ਵਾਰ ਨਵੇਂ ਬੰਦੇ ਜਿਵੇਂ ਵੱਡਾ ਟਰੱਕ ਹੈਵੀ ਨਹੀਂ ਇਹ ਵੀ ਚਲਾਇਆ ਹੋਇਆ ਸੀ ਨਵੇਂ ਬੰਦੇ ਤੋਂ ਕਈ ਵਾਰ ਗਲਤੀ ਹੋ ਜਾਂਦੀ ਹੈ ਨਾ ਘਬਰਾ ਜਾਂਦਾ ਬੰਦਾ ਵੱਡੇ ਟਰੱਕ ਦੀ ਗੱਲ ਕਰਦਾ ਰਵੀ ਨੇ ਤਾਂ ਬਹੁਤ ਵੱਡੇ ਚਲਾਏ ਨੇ ਦਿਸ ਇਜ਼ ਵੈਰੀ ਸਮਾਲ ਮੇਰੇ ਵਾਲਾ ਟਰੱਕ ਤਾਂ ਹਾਈਵੇ ਤੇ ਨਹੀਂ ਆਉਂਦਾ ਹੁੰਦਾ ਸੀ ਹੋ ਜਾਂਦੀ ਆ 50-22 ਬਾਹਲੀ ਹੌਲੀ ਲਈ ਜਾਂਦਾ ਹੈ ਰਵੀ ਬਾਹਲੀ ਜ਼ਿਆਦਾ ਹੌਲੀ ਲਈ ਜਾਂਦਾ ਇਹ ਵੀ ਕਿਸੇ ਦੀ ਮੰਗ ਵੀ ਨਾ ਹੋਵੇ ਨਾ ਜਿਵੇਂ ਆਪਣਾ ਮੰਗਵਾ ਟਰੱਕ ਆ ਓਪਨ ਪਜੈਰੋ ਵਿੱਚ ਡੈਕ ਵੱਜਦਾ ਯੂ ਹੈਲ ਹੈਲੋ ਬ੍ਰਦਰ ਹੈਲੋ ਬ੍ਰਦਰ ਵਾਟਸ ਅਪ ਯੂ ਆਰ ਉਹ ਵੀ ਆਸੇ ਪਾਸੇ ਦੇਖਦਾ ਹੁੰਦਾ ਪੱਕਾ ਡਰਾਈਵਰ ਨੀ ਹੋਣਾ ਸਿੰਘ ਸਾਹਿਬ ਤੁਹਾਡੇ ਵਰਗਾ ਬਾਲੀ ਗੰਦੀ ਸਮੈਲ ਆ ਰਹੀ ਹੈ ਛੇਤੀ ਜੀ ਸਮਾਨ ਚੱਕੀ ਉਦੋਂ ਪਰ ਟਾਈਮ ਬਹੁਤ ਲੱਗ ਜਾਣਾ ਦੇਖਦੇ ਹਾਂ ਚੱਲ ਲੋ ਜੀ ਆਹ ਬਿੰਨ ਜਾ ਏਦਾਂ ਰੱਖ ਦਿੰਦੇ ਆ ਆਹ ਦੇਖੋ ਏਦਾਂ ਚੱਕਿਆ ਜਾਂਦਾ ਇਹ ਘਰ ਦੇ ਬਾਹਰ ਲਾਤਾ ਸੀ ਇਹਨਾਂ ਨੇ ਹੁਣ ਟਰੱਕ ਜਿਹਾ ਲਿਆ ਕੇ ਚੱਕ ਲਿਆ ਬੰਦੇ ਕਿੰਨੇ ਫਰੈਂਡਲੀ ਸੀਗੇ ਉਹ ਸੀਗੇ ਬ੍ਰਾਜ਼ੀਲ ਵਾਲੇ ਨੇ ਉਹ ਪੁਰਤਗੀ ਬੋਲਦੇ ਆ ਪੁਰਤਗੀ ਬਾਹਲੇ ਜ਼ਿਆਦਾ ਫਰੈਂਡਲੀ ਸੀਗੇ ਲਓ ਜੀ ਉਹ ਲੈ ਕੇ ਟਰੱਕ ਜਿਹਾ ਚੱਕ ਕੇ ਆਹ ਡਰਾਈਵ ਇਹਨੇ ਟੁੱਟੇ ਇਹਦੇ ਕਰਕੇ ਆਹ ਚੀਜ਼ਾਂ ਇਹਨਾਂ ਨੇ ਰੱਖੀਆਂ ਇੱਥੇ ਰੋੜਨਾ ਸੌਖਾ ਹੋ ਜਾਂਦਾ ਹੋਊਗਾ ਰੱਖੀ ਜਾਂਦਾ ਸਿੰਘ ਸਮਾਨ ਮੈਂ ਕਹਿੰਦਾ ਸੋਫਾ ਚੱਕ ਲਈਏ ਬ੍ਰੋ ਆਹ ਗਰਾਜ ਵਾਲਾ ਏਰੀਆ ਦਾ ਥੋੜ੍ਹਾ ਖਤਰਨਾਕ ਜਿਹਾ ਹੀ ਲੱਗਦਾ ਉੱਪਰ ਟਾਂਟ ਬਣਾਈ ਹੋਈ ਉਹ 'ਚ ਵੀ ਕਿੰਨੀ ਜ਼ਿਆਦਾ ਸਟੋਰੇਜ ਆ ਉਹ ਆਪਣੀ ਸਾਈਕਲ ਵੀ ਖੜੀ ਆ ਪਿੱਛੇ ਰਵੀ ਉਹ ਵੀ ਕੱਢੀਏ ਰਵੀ ਦਾ ਬਹਿ ਗਿਆ ਕਹਿੰਦਾ ਤੂੰ ਹੀ ਚੱਕ ਸਾਰਾ ਸਮਾਨ ਜਿਹੜੀ ਇੱਥੇ ਇੱਕ ਛੋਟੀ ਵੈਨ ਆਉਂਦੀ ਆ ਉਹ ਥੋੜੀ ਸਸਤੀ ਪੈਂਦੀ ਆ ਉਹਦਾ ਪਰ ਕਿਲੋਮੀਟਰ ਕਿੰਨਾ ਸੀ 69 ਸੈਂਟ 79 ਸੈਂਟ ਕਿਲੋਮੀਟਰ ਸੀਗਾ ਇੱਕ ਮਾਈਲ ਪਤਾ ਨਹੀਂ ਤੇ ਇਹ ਹੈਗਾ ਡਾਲਰ ਤੋਂ ਉੱਪਰ ਸੋ ਜੇ ਇੰਨਾ ਕੁ ਸਮਾਨ ਮੂਵ ਕਰਨਾ ਹੋਵੇ ਉਹਦੀ ਬਸ ਹਾਈਟ ਘੱਟ ਹੁੰਦੀ ਹੈ ਲੰਬੀ ਆਲਮੋਸਟ ਇੰਨੀ ਕੀ ਆ ਇੱਥੋਂ ਫੁੱਟ ਦੀ ਛੋਟੀ ਲੰਬੀ ਹੋਣੀ ਆ ਉਹਦੀ ਜਿਹੜੀ ਹਾਈਟ ਆ ਇੰਨੀ ਕੁ ਹੁੰਦੀ ਆ 4 ਫੁੱਟ ਤੱਕ ਹੁੰਦੀ ਆ ਰੋਜ਼ ਫਿਰ ਵਿੱਚ ਵੜ ਕੇ ਇੱਦਾਂ ਸਮਾਨ ਨਹੀਂ ਮੂਵ ਕੀਤਾ ਜਾ ਸਕਦਾ ਜਿਵੇਂ ਆਹ ਟਰੱਕ ਵੀ ਆ 10 ਫੁੱਟ ਆ ਅਤੇ ਇਹ 'ਚ ਵੀ ਮੈਂ ਮਤਲਬ ਸਿੱਧਾ ਖੜ੍ਹਨਾ ਔਖਾ ਮੇਰੇ ਵਾਸਤੇ ਝੁੱਕੇ ਜੇ ਅੰਦਰ ਮੂਵ ਕਰਨਾ ਪੈਂਦਾ ਪਰ ਜਿਵੇਂ ਐਵੀ ਵਾਲਾ ਜਿਹੜਾ ਟਰੱਕ ਉਦੋਂ ਲਿਆ ਸੀ ਉਹ 26 ਫੁੱਟ ਸੀਗਾ ਉਹ ਘੈਂਟ ਸੀ ਉਹ ਤਾਂ ਖੁੱਲ੍ਹਾ ਡੁੱਲਾ ਸੀ ਪੂਰਾ ਆਹ ਜਿਹੜੇ ਭਾਂਡੇ ਲਿਆਉਂਦੇ ਸੀਗੇ ਆਏ ਸੀਗੇ ਗਿਫਟ ਇਹ 'ਚ ਨਾ ਖਾਧਾ ਨਾ ਕਿਸੇ ਨੂੰ ਖਿਲਾਏ ਐਂ ਹਲੇ ਪੈ ਕੇ ਪੈਸੇ ਥੋੜ੍ਹੀ ਦਿਨ ਹੋਏ ਸੀ ਉਹ ਤੋਂ ਬਾਅਦ ਕਾੜਿਆ ਹੋ ਗਿਆ ਸੋ ਇਹ ਵੀ ਹੁਣ ਉੱਧਰ ਜਾ ਰਹੇ ਨੇ ਨਾਲ ਦੀ ਨਾਲ ਕਈ ਚੀਜ਼ਾਂ ਨੇ ਜਿਵੇਂ ਸਾਈਕਲ ਵੀ ਆ ਰਵੀ ਹੁਣ ਇੰਨਾ ਚਲਾਇਆ ਹੀ ਨਹੀਂ ਹੈਗਾ ਹੈ ਨਾ ਹੋਰ ਵੀ ਕਈ ਚੀਜ਼ਾਂ ਕਿੰਨੀ ਵਾਰੀ ਚਲਾਉਣਾ ਵੀ ਆ ਤਾਂ ਕਿ 3-4 ਵਾਰੀ ਕਦਰ ਪੈ ਜਾਂਦਾ 4 ਵਾਰ ਚਲਾਇਆ ਬਸ ਐਂ ਹੀ ਖੜਾ ਇਹਦੀ ਇਹਨੂੰ ਚਾਰ ਚੂਰਜ ਕਰੀਏ ਸ਼ੁਰੂ ਕਰੀਏ ਇਹਨੂੰ ਚਲਾਉਣਾ ਮੈਂ ਸੋਚਦਾ ਇਹਨੂੰ ਵੇਚ ਹੀ ਦਈਏ ਯਾਰ ਇੱਕ ਤਾਂ ਵੇਚ ਦੇ ਠੀਕ ਹੋਵੇ
ਜਗ੍ਹਾ ਹੀ ਘੇਰਦਾ ਵਾ ਆਪਣੇ ਯੂਜ਼ 'ਚ ਨਹੀਂ ਨਾ ਹੈਗਾ ਆਪਾਂ ਹੁਣ ਗੱਡੀ ਲੈ ਜਾਈਦੀ ਹੈ ਪਹਿਲਾਂ ਸੀਗਾ ਸਮਰ 'ਚ ਮੈਂ ਖੇਡਣ ਜਾਂਦਾ ਹੁਣ ਤਾਂ ਇੱਕ ਦੋ ਮਹੀਨੇ 'ਚ ਸਮਰ ਵੀ ਚਲੀ ਜਾਣੀ ਹੈ ਸਮਾਨ ਜੀ ਲਗਭਗ ਲੋਡ ਹੋ ਗਿਆ ਆਪਣਾ ਜਿੰਨਾ ਕੁ ਲੈ ਕੇ ਜਾਣਾ ਸੀ ਥੋੜ੍ਹਾ ਬਹੁਤ ਛੱਡ ਤਾ ਫਿਰ ਗੱਡੀ ਵਾਲਾ ਸਮਾਨ ਆ ਜਿਹਨੂੰ ਕਹਿ ਦਿੰਦੇ ਨੇ ਫਰੈਜਾਈਲ ਸਮਾਨ ਟੁੱਟ ਸਕਦਾ ਵਾ ਉਹ ਗੱਡੀ 'ਚ ਲੈ ਕੇ ਜਾਵਾਂਗੇ ਅਤੇ ਥੱਲੇ ਮੈਂ ਕਿਹਾ ਤਾਂ ਹੈ ਨਹੀਂ ਬਟ ਹੁਣੇ ਪਤਾ ਲੱਗਿਆ ਵੀ ਥੱਲੇ ਵਾਸ਼ਰੂਮ ਵੁਸ਼ਰੂਮ ਸਾਰਾ ਕੁਛ ਪੱਟਤਾ ਜਿਵੇਂ ਹੀ ਪਹਿਲਾਂ ਕਹਿੰਦੇ ਸੀ ਸ਼ਾਇਦ ਚੱਲ ਜੂਗਾ ਪਰ ਨਹੀਂ ਸਾਰਾ ਕੁਛ ਖਰਾਬ ਹੋ ਗਿਆ ਸਾਰਾ ਕੁਛ ਪੱਟ ਰਹੇ ਨੇ ਸਾਰੀਆਂ ਫਰਿੱਜਾਂ 4-4 ਫੁੱਟ ਪੱਟਤਾ ਥੱਲੇ ਚੁੱਲ੍ਹੇ ਚੱਲਦੇ ਸਾਰਾ ਕੁਛ ਚੱਕਤਾ ਉੱਥੇ ਡਰਾਈਵ ਵਾਲਾਂ 4 ਫੁੱਟ ਚੱਕਤੀ ਆ ਕਰੋ ਬੰਦ ਕਰਨਾ ਹੀ ਪੈਣਾ ਸੀ ਹੁਣ ਖੁੱਲ੍ਹਾ ਤਾਂ ਲੈ ਕੇ ਨਹੀਂ ਜਾ ਸਕਦੇ ਇੱਕ ਵੀਡੀਓ ਆਈ ਆ ਦੇਖਿਆ ਮੁੰਡੇ ਬੈਠੇ ਆ ਖੁੱਲ੍ਹਾ ਮੇਲਾ ਤਾਂ ਉਹਨਾਂ ਨੂੰ ਗੇਟ ਲਾਉਣਾ ਨਹੀਂ ਆਉਂਦਾ ਆਹ ਡੋਰ ਕਈ ਵਾਰ ਕਈਆਂ ਨੂੰ ਪਤਾ ਨਹੀਂ ਹੁੰਦਾ ਕਿਵੇਂ ਲੌਕ ਕਰਨਾ ਇਹ ਅੱਛਾ ਆਪਾਂ ਮੈਂ ਤਾਂ ਲੱਗਿਆ ਨਹੀਂ ਹੈਗਾ ਲੌਕ ਉਹ ਖੁੱਲ੍ਹੇ 'ਚ ਹੀ ਐਂ ਜਾਂਦੇ ਨੇ ਯਾਰ ਗੱਡੀ ਕਿੰਨੀ ਪਿਆਰੀ ਲੱਗ ਰਹੀ ਆ ਮੈਂ ਦੇਖਣ ਗਿਆ ਮੈਂ ਕਿਹਾ ਕਿਹੜੀ ਆ ਰਵੀ ਕਿੰਨੀ ਸੋਹਣੀ ਲੱਗਦੀ ਆ ਨਾ ਘੈਂਟ ਲੱਗਦੀ ਆ ਸਨਾਟਾ ਵਾ ਲੌਕ ਲਾਤਾ ਸੀ ਠੀਕ ਪਹਿਲਾਂ ਆਪਾਂ ਸ਼ਹਿਰਾਂ ਦਾ ਸਮਾਨ ਥੋੜ੍ਹਾ ਜਿਹਾ ਫੜਾ ਕੇ ਆਉਣਾ ਕਿਤੇ ਸੂਟ ਜਿਹਾ ਫਿਰ ਵੀਰ ਜੀ ਉੱਧਰ ਪੀ ਰਹੇ ਨੇ ਕੋਕੋਨਟ ਵਾਟਰ ਠੰਡਾ ਠੰਡਾ ਕੂਲ ਕੂਲ ਬੜਾ ਵਧੀਆ ਲੱਗਦਾ ਬੜੀ ਸਵਾਦ ਚੀਜ਼ ਆ ਯਾਰ ਖਾਸ ਕਰਕੇ ਜਿਹੜੇ ਵਿੱਚ ਚੰਕ ਜਿਹੇ ਆਉਂਦੇ ਆ ਨਾ ਪਲਪ ਕਹਿ ਦਿੰਦੇ ਆ ਜੇ 'ਚ ਤਾਂ ਚੰਕ ਜਿਹੇ ਆਉਂਦੇ ਆ ਉਹ ਬੜਾ ਵਧੀਆ ਲੱਗਦਾ ਮੈਂ ਕਰ ਰਿਹਾ ਜੀ ਪੀਨਟ ਨਿਊਟਰਲਾ ਸੈਂਡਵਿਚ ਉਹ ਇੱਧਰਲੇ ਬੱਚੇ ਉਹ ਬੜਾ ਖਾਂਦੇ ਆ ਪੀਜ਼ੇ ਹੈ ਨਾ ਪੀਨਟ ਬਟਰ ਜੈਲੀ ਜੈਮ ਜਾਂ ਸੈਂਡਵਿਚ ਆਪਾਂ ਖਾ ਰਹੇ ਆਪਾਂ ਤੁਰ ਪਏ ਹਾਂ ਟ੍ਰੈਫਿਕ ਅੱਜ ਸਾਰੇ ਪਾਸੇ ਜਾ ਰਿਹਾ ਸਾਰੇ ਪਾਸੇ 2-3 ਐਕਸੀਡੈਂਟ ਰਿਪੋਰਟ ਹੋਏ ਪਏ ਨੇ ਉਸ ਕਰਕੇ ਆਪਾਂ ਹੁਣ ਵਿੱਚ ਦੀ ਜਾ ਰਹੇ ਹਾਂ ਕਿ ਨਾ ਹਾਈਵੇ ਚੜ੍ਹ ਜਾਈਏ ਫਿਰ ਕੰਮ ਸੌਖਾ ਹੋ ਜਾਂਦਾ ਨਹੀਂ ਮੈਂ ਗਲਤ ਸੀਗਾ ਇੱਕ ਲੇਅਰ ਦੇ ਵਿੱਚ ਜੈਮ ਵੀ ਪਾਇਆ ਹੋਇਆ ਪੀਨਟ ਬਟਰ ਵੀ ਪਾਇਆ ਹੋਇਆ ਅਤੇ ਨੂਟੈਲਾ ਵੀ ਆ ਤਾਂ ਹੀ ਟੇਸਟ ਵਧੀਆ ਆ ਰਿਹਾ ਉਦੋਂ ਦੇ ਅਸੀਂ ਆਹ ਲਾਈਟਾਂ 'ਤੇ ਖੜ੍ਹੇ ਹੁਣ 'ਚ ਹੀ ਨਹੀਂ ਆਉਂਦੀਆਂ ਇੱਧਰ ਵੀਰ ਜੀ ਨੇ ਕੋਕੋਨਟ ਵਾਟਰ ਖਿੱਚ ਵੀ ਦਿੱਤਾ ਦੂਜਾ ਵੀ ਤੂੰ ਆਪਨ ਕਰ ਲੋ ਜੀ ਹੁਣ ਆਪਾਂ ਤੇਲ ਪਵਾਉਣ ਵਾਸਤੇ ਰੋਕਿਆ ਯੂ ਹਾਲ ਬਾਲੇ ਤੇਲ ਪੈ ਰਿਹਾ ਵਾ ਹਾਂ ਕਾਫੀ ਬਿਜ਼ੀ ਆ ਜਗ੍ਹਾ ਜਿਹੀ ਦੇਖੋ ਭਈਆ ਸ਼ੈਲਬਨ ਆ ਚੁੱਕੇ ਹਮ ਸਾਰੀ ਪੁਰਾਣੀ ਯਾਦੇ ਤਾਜ਼ੇ ਹੋ ਚੁੱਕੀ ਹੈ ਜਬ ਆਪ ਹਮ ਸਭੀ ਇਸ ਘਰ ਮੇ ਰਹਤੇ ਥੇ ਇਹ ਤਾਂ ਬਹੁਤ ਬਦਲ ਗਿਆ ਹੁਣ ਮੈਨੂੰ ਤਾਂ ਉੱਪਰਾ ਉੱਪਰਾ ਲੱਗ ਗਿਆ ਸਾਰਾ ਕੁਛ ਅੱਜ ਕੱਲ੍ਹ ਵੈਸੇ ਵੀ ਥੋੜ੍ਹਾ ਜਿਹਾ ਰੇਸਿਜ਼ਮ ਵਾਲਾ ਸੀਨ ਜਿਹਾ ਵਧੀਆ ਹੋਇਆ ਘੱਟੋ ਘੱਟ ਸੋਸ਼ਲ ਮੀਡੀਆ ਤੇ ਮੈਂ ਵਧੀਆ ਕਿਹਾ ਕਿ ਵਧੀਆ ਹੋਇਆ ਸੋਸ਼ਲ ਮੀਡੀਆ ਤੇ ਵਧੀਆ ਹੋਇਆ ਉਹ ਪੈਟਰੋਲ ਸਟੇਸ਼ਨ ਤੇ ਰੋਕਿਆ ਤੇ ਮੈਨੂੰ ਤਾਂ ਹੀ ਲੱਗੀ ਯਾਰ ਵੀ ਗੋਰੇ ਕਹਿੰਦੇ ਨੇ ਸਾਲੇ ਇਹ ਵੀ ਮੂਵ ਹੋ ਗਈ ਤਾਂ ਕੋਈ ਲੱਗ ਜਾਂਦਾ ਵੀ ਇਹ ਵੀ ਗਾਲਾਂ ਕੱਢਦੇ ਹੋਣੇ ਦੇਖ ਗਾਲਾਂ ਕੱਢਦੇ ਹੋਣੇ ਵਧੀਆ ਰੇਸਿਸ ਤਾਂ ਮੈਂ ਦੇਖ ਲਿਆ ਵੀ ਬਾਹਲੇ ਲੋਕ ਨੇ ਐਵਰੀਬਡੀ ਆਪਣੇ ਤਾਂ ਖਾਸ ਕਰਕੇ ਇੰਡੀਆ ਦੇ ਵਿੱਚ ਆਪਾਂ ਜਾਤਾਂ ਪਾਤਾਂ 'ਚ ਇੱਕੋ ਧਰਮ ਦੇ ਵਿੱਚ ਕਿੰਨੀਆਂ ਜਾਤਾਂ ਪਾਤਾਂ 'ਚ ਆਪਾਂ ਭੇਦਭਾਵ ਰੱਖਦੇ ਹਾਂ ਸਾਰੇ ਹੈ ਨਾ ਅਤੇ ਕਈਆਂ ਨੂੰ ਲੱਗਦਾ ਵੀ ਉਹ ਨਹੀਂ ਰੱਖਦੇ ਉਹ ਵੀ ਰੱਖਦੇ ਆ ਜਦੋਂ ਜਿੱਦੇ ਉਹਨਾਂ 'ਤੇ ਹੁੰਦੀ ਹੈ ਨਾ ਵੀ ਡੀਪ ਡਾਊਨ ਵੱਸਿਆ ਹੋਇਆ ਜੜਾਂ ਬਹੁਤ ਡੂੰਘੀਆਂ ਉਹਨੇ ਸ਼ਾਇਦ ਕੋਈ ਗਾਣਾ ਵੀ ਆ ਵੀ ਐਵਰੀਬਡੀ ਇਜ਼ ਅ ਰੇਸਿਸਟ ਜਾਂ ਲਿਟਰਲ ਉਹਨੂੰ ਕਿਸੇ ਨੇ ਕਿਹਾ ਸੀ ਕੈਨੇਡਾ ਆਇਆ ਸੀ ਉਹ ਕਹਿੰਦਾ ਵੀ ਉਹ ਗਾਣਾ ਕਹਿੰਦਾ ਸੱਚਾ ਕਹਿੰਦਾ ਸਾਰੇ ਨੇ ਕਹਿੰਦਾ ਵੀ ਉੱਪਰ ਦਾ ਕਹਿਣ ਦਾ ਵੀ ਭਈ ਸ਼ੈਲਬਨ ਕਾ ਡਾਊਨ ਟਾਊਨ ਗੋਰੇ ਅੰਗਰੇਜ਼ ਲੋਕ ਦਿਖ ਰਹੇ ਆ ਵੀ ਵਾਹ ਯਹਾਂ ਪੇ ਮੈਨੇ ਹੇਅਰ ਕਟ ਕਰਵਾਇਆ ਥਾ ਹਾਂ ਇਧਰ ਨੂੰ ਜਾਣਾ ਮੋਲਾ ਮੋਲਾ ਡਰਿਆ ਨਾ ਕਰ ਆਪਣਾ ਪਿੰਡ ਹੈ ਲਓ ਜੀ ਟਰੱਕ ਆਪਾਂ ਕਾਫੀ ਖਾਲੀ ਕਰਤਾ ਮੈਂ ਥੋੜ੍ਹਾ ਮੋਟਾ ਸਮਾਨ ਰਹਿ ਗਿਆ ਬੇਸਮੈਂਟ 'ਚ ਰੱਖਣ ਤੋਂ ਰੱਖ ਰਹੇ ਹਾਂ ਘਰ ਵਾਲਾ ਕਹਿੰਦਾ ਡੈਕੋਰੇਟ ਹੋਇਆ ਹੋਇਆ ਆਪਣਾ ਹੈ ਰਵੀ ਇੰਨਾ ਸੋਹਣਾ ਤਾਂ ਆਪਾਂ ਵੀ ਡੈਕੋਰੇਟ ਕਰ ਸਕਦੇ ਬਾਲਾ ਸੋਹਣਾ ਡੈਕੋਰੇਟ ਹੋਇਆ ਟਿਕਟੋਕ ਇੰਸਟਾਗ੍ਰਾਮ ਤੇ ਕੁੜੀਆਂ ਦੇ ਰੀਲਾਂ ਵੀ ਪਈਆਂ ਹੁੰਦੀਆਂ ਨੇ ਹਾਂ ਹਾਂ ਜਮਾ ਮੈਸੇਜ ਹੋਇਆ ਤੇ ਪਸੀਨਾ ਬਹੁਤ ਆ ਪਿਆ ਹੁਣ ਆ ਬਸ ਇੰਨਾ ਕੁ ਰਹਿ ਗਿਆ ਇਹ ਚੱਕੀ ਹੈ ਥੱਲੇ ਰੱਖੀ ਹੈ ਥੱਲੇ ਕੋਈ ਸਮਾਨ ਚੱਕਣੇ ਵਾਲਾ ਉਹ ਇਹਦੇ ਵਿੱਚ ਰੱਖੀ ਇੱਕ ਬਾਕਸ ਸਾਡਾ ਐਂ ਹੋ ਗਿਆ ਉਹ ਫਟ ਜੀ ਗਿਆ ਲਓ ਜੀ ਆਪਾਂ ਬੇਸਮੈਂਟ 'ਚ ਸਮਾਨ ਟਿਕਾਤਾ ਆਹ ਗੋਰੇ ਦੀ ਜਿੰਮ ਜੁੰਮ ਦਾ ਸਮਾਨ ਰੱਖਿਆ ਹੋਇਆ ਪੂਰੀ ਬੇਸਮੈਂਟ ਵੀ ਅੱਛਾ ਲੈ ਆਹ ਬੈਂਡ ਜਿਹਾ ਵੀ ਰੱਖਿਆ ਹੋਇਆ ਵਾ ਇਹ ਪਹਿਲਾਂ ਵੀ ਕਾਫੀ ਸਮਾਨ ਪਿਆ ਸੀ ਅਸੀਂ ਐਨ ਪੂਰਾ ਵਧੀਆ ਟਿਕਾ ਕੇ ਸੈੱਟ ਕਰਤਾ ਹਾਂ ਬਾਕੀ ਦੇਖਾਂਗੇ ਉਰੇ ਬੇਸਮੈਂਟ ਵੀ ਬਣਾਵਾਂਗੇ ਕਿਸੇ ਟਾਈਮ ਹਾਲੇ ਤਾਂ ਅਸੀਂ ਚੱਲਦੀ ਆ ਕੰਮ ਬਹੁਤ ਸਾਰਦੀ ਆ ਇਹ ਪਹਿਲਾਂ ਆਪਣੇ ਸ਼ੈਲਬਨ ਵਾਲੇ ਘਰ ਦੇ ਵਿੱਚ ਡੈੱਕ ਨਹੀਂ ਸੀਗਾ ਸੋ ਇਹ ਡੈੱਕ ਆ ਜਿਹੜਾ ਨਵਾਂ ਬਣਾਇਆ ਅਤੇ ਜਿਹੜਾ ਗੋਰਾ ਰਹਿੰਦਾ ਉਹਨੇ ਆਪ ਹੀ ਬਣਾਤਾ ਮੈਂ ਵੁੱਡ ਦੇ ਪੈਸੇ ਦਿੱਤੇ ਉਹਨੇ ਆਪ ਹੀ ਬਣਾਤਾ ਦੇਖੋ ਕਿੰਨਾ ਸੋਹਣਾ ਡੈਕੋਰੇਟ ਕੀਤਾ ਹੋਇਆ ਆਹ ਸ਼ੈਲਬਨ ਦੇ ਆ ਜਿੰਨੇ ਵੀ ਘਰ ਨੇ ਨਾ ਸਾਰੇ ਇਹ ਸਾਰੇ ਬਾਅਦ ਚੋਂ ਪਿਆ ਸਾਡੇ ਮੂਵ ਹੋਣ ਤੋਂ ਹਾਂ ਦੇਖੋ ਅੱਗੇ ਕਿੱਦਾਂ ਗਰੋ ਹੁੰਦਾ ਇਹ ਕਹਿੰਦੇ ਹੁਣ ਨਵਾਂ ਹਾਈਵੇ ਆ ਜਾਣਾ ਇੱਧਰ ਨੂੰ
ਉਹ ਆ ਜਾਣਾ ਵਾ ਉਧਰ ਔਰੇਂਜਵੈਲ ਦੇ ਕੋਲ ਦੀ ਆ ਆਪਾਂ ਘਰੇ ਸਮਾਨ ਰੱਖਤਾ ਜਿਹੜਾ ਸਮਾਨ ਚੱਕਣਾ ਸੀ ਉਹ ਚੱਕ ਲਿਆ ਤੇ ਹੁਣ ਆਪਾਂ ਫੇਰ ਪਾਤੇ ਨੇ ਚਾਲੇ ਬ੍ਰੈਂਪਟਨ ਵੱਲ ਨੂੰ ਬਾਬਾ ਜੀ ਤਾਂ ਆਨੰਦ ਲੈਣ ਆਇਆ ਰੰਗ ਬਣ ਕੀ ਆਪਾਂ ਤਾਂ ਆਨੰਦ ਲੈਣ ਆਇਆ ਮਜ਼ਾ ਆਇਆ ਪਿਆ ਖਾਣੀ ਸਾਨੂੰ ਰੋਕ ਕੇ ਦਿਖਾ ਸਾਨੂੰ ਮੈਨੂੰ ਤਾਂ ਮਾਰੀਆਂ ਦੇਖ ਲਿਆ ਮਜ਼ਾਕ ਕਰਦੇ ਆ ਆਲਵੇਜ਼ ਰਿਸਪੈਕਟ ਦਾ ਪੁਲਿਸ ਆਫੀਸਰਸ ਇਮਾਨਦਾਰ ਓਨਲੀ ਹਾਂ ਆਲ ਦੇ ਆਰ ਟ੍ਰਾਈਂਗ ਟੂ ਪ੍ਰੋਟੈਕਟ ਅਸ ਰਵੀ ਆਈ ਥਿੰਕ ਸੋ ਯਾ ਐਂਡ ਗੈਟ ਦ ਸੈਲਰੀਜ਼ ਐਸ ਵੈਲ ਯਾ ਬ੍ਰੋ ਵਾਟਸ ਬੀਨ ਗੋਇੰਗ ਔਨ ਟੁਡੇ ਨਾਥਿੰਗ ਮਚ ਲੇਟਲੀ ਜਸਟ ਮੂਵਿੰਗ ਸਟਫ ਬਿਕਾਜ਼ ਆਫ ਦ ਫਲੱਡ ਰੀਸੈਂਟਲੀ ਬ੍ਰੋ ਯੂ ਹੈਵ ਡਸਟ ਹੇਅਰ ਲੈਟ ਮੀ ਕਲੀਨ ਯੂਰ ਚੋਲਾ ਚੋਲੇ ਦੀ ਇੰਗਲਿਸ਼ ਕੀ What happened to your accent? I see... It changes with the environment of time, bro. Can you please move your head? I'm gonna... You want to look I'm at the mirror? I'm able to see the mirror. Okay. Yeah, there's a big brick behind us. Look at this, guys. Look at the countryside view. It's looking so Why good. Why are you breaking, man? Oh! Bro! You were about to hit the road barriers. Man. The blockers. You're I'm a pro. Not that fool. Yes, I'm pro. I'm trying my best. What is this guy doing, man? Come on. I don't know, maybe. What is Satveer? Satveer, Veerji, Sastri ka, Veerji, tod do gaddi. Mainu pata utthe police wala khada hunda kai wari. Dabo na sare pe aai jande Satveer, Veerji, bhaja lo. I think I have to change the lane, man, again. This guy, man. Satveer, my dear friend. Why are you breaking? Why are you breaking? Satveer, look at this guy. Drive you all truck. Don't mind Satveer Veerji, have you seen this? Veerji or Penji? We don't know. Well, there's only way to find out. Hit them! Hit them! No, as far as the driving skills. I think it was Veerji. I saw Penji was sitting next to him. Okay, maybe he's like complaining to him that you are going too fast. Yeah, so it's you want to say that anyhow. Now he has changed. You want to say anyhow it's gonna be a woman who is responsible for what? I want to just put it out I'm there. I'm trying to focus on the middle of your head. Bro, you are just blaming all the things on women. How come? No. So come and look at that lady. She's selling a big property. She's a good realtor. Bro, look at this guy. Very nice realtor here. Moving all the time. We don't only sell houses, but we also move the stuff for you. Oh, this is the service we should provide, Ravi. We are basically pro in moving stuff. Yeah. Yeah. So let's add that to our portfolio. I have so many professions in my resume already. Already. This guy has been a long haul truck driver, U-Haul, tool and die. Recently, I was thinking to. You are a mortgage broker. This guy's doing everything, man. No, they're not driving, man. Construction. I very easy driver. Very big name in construction industry. ਹੁਣ ਅਸੀਂ ਅੰਗਰੇਜ਼ੀ ਜੀ ਬੋਲਦੇ ਆਉਂਦੇ ਸੀ ਟੁੱਟੀ ਫੁੱਟੀ ਉੱਧਰ ਐਵੀ ਦਾ ਫੋਨ ਆ ਗਿਆ ਸੀ ਐਵੀ ਦੀ ਬੱਸ ਕਰਾਤੀ ਉਹਨੇ ਉਹਨੂੰ ਕੱਟਣਾ ਪਿਆ ਵਿਚਾਰੇ ਨੂੰ ਉਹਨੂੰ ਟੁੱਟ ਕੇ ਪੈ ਗਿਆ ਸੀ ਉਹ ਓਹੋ ਪਰ ਵਧੀਆ ਸੀਗਾ ਨਾ ਜੀ Yeah, it was good. It was pretty good, guys. We had so much fun today. It didn't feel like moving because there was like not a lot of stuff, right? Yeah. And it was well organized. Yeah, boxes. Bro. So no heavy-duty stuff. Heavy-duty stuff. Why did you not talk to me when I was talking to you? I didn't want to talk to you. But a little while later, 2 minutes later, he said that he was talking to you. Deck, back, and go there. And he said that he was talking to you. Yeah, yeah. $2 billion ਰਵੀ ਨੇ ਪਾਏ ਅੱਠ ਇਹਨਾਂ ਨੇ ਪਾਏ ਨੇ ਰਵੀ ਕਹਿੰਦਾ ਮੇਰੀ 8 ਲੇਨ ਬਣਾ ਕੇ ਦੋ ਹਾਈਵੇ ਤੇ ਬੱਸ ਚਲਾਉਣੀ ਆ ਬੱਸ ਚਲਾਉਣਾ ਉਧਰ ਇੱਕ ਉਹ ਜਾਂਦਾ ਸੀ ਕਾਰ ਵਾਲਾ
ਫਿਰ ਕਿਆ ਲੱਗੀ ਹੋਈ ਜਾਂਦੀ ਰਵੀ ਕਹਿੰਦਾ ਮੈਂ ਕਿਹਾ ਨੀ ਮੈਂ ਕਹਿਣ ਲੱਗਾ ਬਾਅਦ ਚ ਸੋਚਿਆ ਕੀ ਸੋਚਿਆ ਤੇਲ ਪਵਾ ਲੋ ਹੁਣ ਤੇਲ ਪੂਰਾ ਕਰਕੇ ਦੇਣਾ ਹੁੰਦਾ ਸੋ $70 ਦਾ ਤੇਲ ਪਵਾ ਦੇ ਰਹੇ ਕਿੰਨੇ ਦਾ ਪਾਏਗਾ ਰਵੀ $10 ਦਾ ਆਪਾਂ ਨੂੰ ਅੱਗੇ ਜਾਣ ਨੂੰ ਚਾਹੀਦਾ $7 ਦਾ ਬਸ ਥੋੜੀ ਦੂਰ ਹੈਗੀ ਮੰਜ਼ਿਲ ਆਪਣੀ ਦੇਖ ਲੈ ਵੀ ਹਨਾ ਇਹਨਾਂ ਨੇ ਵੀ ਸਾਰਾ ਕੁਛ ਜਿਵੇਂ ਕਿਤੇ ਮਸਜਿਦ ਬਣੀ ਹੋਈ ਆ ਕਿਤੇ ਗੁਰੂ ਘਰ ਬੜੇ ਐਕਸੈਪਟਿੰਗ ਲੋਕ ਨੇ ਯਾਰ ਇਹ ਹੁਣ ਬਹੁਤ ਦੇਸ਼ ਨੇ ਜਿੱਥੇ ਆਪਾਂ ਕੀ ਆ ਆਪਾਂ ਕਹਿ ਦਿੰਨੇ ਆ ਪਰ ਆਪਣੇ ਲੋਕ ਇੱਥੇ ਕਈ ਆ ਕੇ ਕਹਿਣਾ ਤਾਂ ਚਾਹੀਦਾ ਨਹੀਂ ਹੈਗਾ ਸਿਸਟਮ ਨੂੰ ਥੋੜਾ ਖਰਾਬ ਕਰਦੇ ਨੇ ਉਹ ਗੱਲ ਵਧੀਆ ਨਹੀਂ ਲੱਗਦੀ ਹੈਗੀ ਆਪਾਂ ਕਿਤੇ ਖੁੱਲ ਕੇ ਨਹੀਂ ਕਹਿੰਦੇ ਵੀ ਆਪਣੇ ਬੰਦਿਆਂ ਦੀ ਹੁੰਦੀ ਆ ਪਰ ਜਿਹੜੇ ਦੇਸ਼ ਇੰਨਾ ਵਧੀਆ ਵੈਲਕਮ ਨਹੀਂ ਆ ਤੁਹਾਨੂੰ ਆਉਣ ਨੂੰ ਦੇ ਰਿਹਾ ਨਹੀਂ ਅਪਰਚੁਨਿਟੀ ਬਾਕੀ ਜਾਂ ਦੇ ਰਿਹਾ ਥੋੜਾ ਜਿਹਾ ਧਿਆਨ ਨਾਲ ਉਸ ਹਿਸਾਬ ਨਾਲ ਰਹੇ ਦੇਸ਼ 'ਚ ਹੁਣ ਗੱਡੀ ਫੁੱਲ ਭਜਾ ਦੀ ਆਪ ਹੀ ਦੇਖੋ ਇਸ਼ਾਰਾ ਦਿੱਤਾ ਹੁਣ ਕੈਨੇਡਾ ਨੇ ਅੱਜ ਕੱਲ ਉਹ ਫ੍ਰੀ ਵਰਲਡ ਕਿਹੜਾ ਉੱਠ ਜਿਹੜੇ ਹੁੰਦੇ ਆ ਵਾਏ ਬੈਂਕ ਡੀ ਆਰ ਦੇਤਾ ਦਾ ਆਪਣਾ ਕੰਮ ਔਖਾ ਹੋ ਗਿਆ ਮੈਨੂੰ ਵੀ ਸੀਗੀ ਵੀ ਅੱਜ ਆਪਾਂ ਪਹਿਲਾਂ ਕਰ ਦਾਂਗੇ ਮੂਵਿੰਗ ਪਰ ਟਾਈਮ ਉਹੀ ਹੋ ਹੀ ਗਿਆ ਲੱਗ ਜਾਂਦਾ ਟਾਈਮ ਰਾਤ ਹੀ ਹੋ ਗਈ ਘਰੋਂ ਵੀ ਮੈਸੇਜ ਆ ਗਏ ਕਹਿੰਦੇ ਹਰੀਆਂ ਮਿਰਚਾਂ ਲਿਆਇਓ ਆ ਹਫ਼ਤੇ ਪਤਾ ਨਹੀਂ ਕਿੰਨੇ ਵਾਰ ਕਿਹੜਾ ਹਾਂ ਹਰੀਆਂ ਮਿਰਚਾਂ ਤੇ ਕੀ ਹੋਰ ਜੀ ਮੱਕੀ ਦਾ ਆਟਾ ਸਾਗ ਬਣਿਆ ਹੋਇਆ ਨਾ ਘਰੇ ਅੱਜ ਤੇ ਕਿੰਨੇ ਡਾਲੇ ਲੱਗੇ ਰਹੇ ਵੀ ਆਪਣੇ ਕੁੱਲ 240 ਤੇ ਪਲੱਸ 40 ਗੈਸ ਦੇ ਲਾ ਲਓ $280 ਬਹੁਤ ਡਾਲੇ ਲੱਗ ਜਾਂਦੇ ਹਨ ਮੂਵਿੰਗ ਜਿਹੜੀ ਉਰੇ ਜਗ੍ਹਾ ਵੀ ਉਹ ਵੀ ਬਹੁਤ ਮਹਿੰਗੀ ਆ ਸੋਰੀ ਮੂਵਿੰਗ ਨਹੀਂ ਸਟੋਰੇਜ ਸਟੋਰੇਜ ਤੋਂ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਇੰਸ਼ੋਰੈਂਸ ਪਾ ਕੇ ਵਨ ਟਾਈਮ ਫੀਸ ਪਾ ਕੇ ਚੱਕ ਦਿੰਦੇ ਮੇਰੇ